ਅਗਾਈ ਤੁਸੀਂ ਦੇ ਸਕਦੇ ਹੋ। ਇਹ ਹੁੰਦੀਆਂ ਤੂਤਣੀਆਂ। ਮਗਾਏ ਨਿਊ ਵੀਡੀਓ, ਆਏ ਹੋਪ ਕਿ ਤੁਸੀਂ ਸਾਰੇ ਘੈਂਟ ਹੋਵੋਗੇ। ਅੱਜ ਮੈਂ ਤੁਹਾਨੂੰ ਦਿਖਾਵਾਂਗਾ ਤੂਤਣੀਆਂ ਦਾ ਦਰਖਤ, ਜਿਹੜਾ ਹੁਣ ਤਾਂ ਕਈ ਸ਼ਹਿਰਾਂ ਵਿੱਚ ਰਹਿੰਦੇ ਕਈਆਂ ਨੂੰ ਨਹੀਂ ਪਤਾ ਤੂਤਣੀਆਂ ਕੀ ਹੁੰਦੀਆਂ। ਮੇਰੇ ਨਾਲ ਹੈਗਾ ਜਸ਼ਨ, ਹੁਣ ਚੱਲਦੇ ਹਾਂ ਆਪਾਂ ਸਾਡੇ ਖੇਤਾਂ ਵਿੱਚ ਲੱਗੀਆਂ ਹੋਈਆਂ, ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ, ਚੱਲਦੇ ਹਾਂ। ਇੱਥੇ ਹੁਣ ਆਇਆ ਹੋਇਆ ਸੀ ਪੱਠੇ ਚੁਕਾਉਣ ਵਾਸਤੇ, ਅਤੇ ਬਾਕੀ ਤੁਹਾਨੂੰ ਤੂਤਣੀਆਂ ਦਾ ਦਰਖਤ ਦਿਖਾਵਾਂਗਾ ਮੈਂ। ਪਹਿਲਾਂ ਡੈਡੀ ਨੂੰ ਪੱਠੇ ਚੁਕਾ ਕੇ ਫਿਰ ਆਪਾਂ ਚੱਲਦੇ ਹਾਂ। ਬਾਕੀ ਤੁਹਾਨੂੰ ਦਿਖਾਉਣਾ ਜਿਹੜਾ ਮੱਝਾਂ ਨੂੰ ਪਾਈ ਦਾ ਆਪਾਂ ਚਾਰਾ, ਉਹ ਕੱਟਿਆ ਹੋਇਆ ਦੇਖ ਸਕਦੇ ਹੋ, ਪਾਣੀ ਲੱਗਾ ਹੋਇਆ। ਇਹ ਤੁਸੀਂ ਦੇਖ ਸਕਦੇ ਹੋ, ਇਹ ਬੰਨ ਕੇ ਰੱਖੇ ਹੋਏ, ਉਹਨਾਂ ਚੱਕ ਕੇ ਲੈ ਕੇ ਜਾਣਾ। ਆਹ ਅੱਗੇ ਤੁਸੀਂ ਚਾਰਾ ਆਇਆ ਮੱਝਾਂ ਦਾ, ਮੱਝਾਂ ਗਾਵਾਂ ਦਾ ਜੋ ਰੱਖੀਆਂ ਹੁੰਦੀਆਂ ਪਿੰਡਾਂ ਵਾਲਿਆਂ ਨੂੰ ਪਤਾ ਹੁੰਦਾ। ਪੱਠੇ ਆਪਾਂ ਚੁਕਾ ਤੇ, ਬਾਕੀ ਤੁਹਾਨੂੰ ਇੱਕ ਆਇਆ ਮਰੂਦ ਦਿਖਾਉਂਦਾ ਮੈਂ। ਇਹ ਮਰੂਦ ਮੈਂ ਹੀ ਲਾਇਆ ਸੀ, ਇੱਥੇ ਹੁਣ ਇਹ ਮੌਸਮ ਨਹੀਂ ਨਾ ਹੈਗਾ, ਅਜੇ ਮਰੂਦ ਲੱਗੇ ਨਹੀਂ ਹੈਗੇ, ਫਿਰ ਮਰੂਦ ਲੱਗਣਗੇ ਤੁਹਾਨੂੰ ਦਿਖਾਵਾਂਗਾ। ਬਾਕੀ ਮੈਂ ਵੀਡੀਓ ਬਣਾ ਕੇ ਇੱਕ ਪਾਈ ਹੋਈ ਆ, ਜਦੋਂ ਇੱਥੇ ਮਰੂਦ ਲੱਗੇ ਸੀ ਤੁਸੀਂ ਦੇਖ ਸਕਦੇ ਹੋ। ਇਹ ਉਹ ਦਰਖਤ ਆ ਮਰੂਦ ਦਾ, ਇੱਕ ਉੱਪਰਲੀ ਸਾਈਡ ਵੀ ਲਗਾਇਆ ਹੋਇਆ ਮੈਂ। ਤੁਸੀਂ ਬਾਕੀ ਦੇਖ ਸਕਦੇ ਹੋ, ਕਣਕ ਆਪਣੀ ਪੱਕ ਚੁੱਕੀ ਆ, ਵਾਢੀ ਹੁਣ ਸ਼ੁਰੂ ਹੋਣ ਵਾਲੀ ਆ, ਅਪ੍ਰੈਲ ਦੇ ਵਿੱਚ ਸ਼ੁਰੂ ਹੋ ਜਾਣੀ ਆ। ਬਾਕੀ ਤੁਹਾਨੂੰ ਹੁਣ ਮੈਂ ਚੱਲ ਕੇ ਦਿਖਾਉਣਾ ਤੂਤਣੀਆਂ ਦਰਖਤ। ਪਿੱਛੇ ਤੁਸੀਂ ਦੇਖ ਸਕਦੇ ਹੋ ਤੂਤਣੀਆਂ ਦਰਖਤ ਆ, ਬਾਕੀ ਤੁਹਾਨੂੰ ਮੈਂ ਹੁਣ ਜੂਮ ਕਰਕੇ ਦਿਖਾਉਣਾ ਵੀ ਕਿੱਦਾਂ ਦੀ ਹੁੰਦੀਆਂ ਤੂਤਣੀਆਂ, ਹੈ ਨਾ। ਅਗਾਈ ਤੁਸੀਂ ਦੇਖ ਸਕਦੇ ਹੋ, ਇਹ ਹੁੰਦੀਆਂ ਤੂਤਣੀਆਂ। ਆਹ ਹੁੰਦੀਆਂ ਤੂਤਣੀਆਂ, ਇਹਦੇ ਫਾਇਦੇ ਬਹੁਤ ਹੁੰਦੇ ਆ। ਬਾਕੀ ਹੈ ਜਿਹੜੇ ਖੇਤਾਂ ਵਿੱਚ ਆਉਂਦੇ ਉਹਨਾਂ ਨੂੰ ਪਤਾ ਹੀ ਹੁੰਦਾ, ਉਹਨਾਂ ਤਾਂ ਖਾਧੀਆਂ ਹੁੰਦੀਆਂ ਨਾ। ਬਾਕੀ ਬਹੁਤ ਸਵਾਦ ਹੁੰਦੀਆਂ, ਬਾਕੀ ਆਪਾਂ ਹੁਣ ਤੋੜਦੇ ਹਾਂ ਇਹਨਾਂ ਨੂੰ। ਕਾਲੀਆਂ ਕਾਲੀਆਂ ਹੋ ਜਾਂਦੀਆਂ, ਇਹ ਸਾਰੀਆਂ ਪੱਕੀਆਂ ਹੁੰਦੀਆਂ ਆ, ਜਿਹੜੀਆਂ ਵਿੱਚ ਹਰੀਆਂ ਹੁੰਦੀਆਂ ਇਹ ਕੱਚੀਆਂ ਹੁੰਦੀਆਂ ਅਜੇ। ਭਾਈ ਹੁਣ ਆਪਾਂ ਤੋੜਦੇ ਹਾਂ ਤੂਤਣੀਆਂ, ਬਾਕੀ ਮੈਂ ਗਲਾਸ ਘਰੋਂ ਲੈ ਕੇ ਆਇਆ ਸੀ। ਇਹ ਖਾਣ ਨੂੰ ਬਹੁਤ ਸਵਾਦ ਹੁੰਦੀਆਂ, ਇਹ ਆਪਣੇ ਆਪ ਹੀ ਥੱਲੇ ਗਿਰੀ ਜਾਂਦੀਆਂ ਕਿਉਂਕਿ ਪੱਕ ਗਈਆਂ ਨਾ ਜ਼ਿਆਦੀਆਂ। ਬਾਕੀ ਮੇਰੇ ਨਾਲ ਜਸ਼ਨ ਵੀ ਆਇਆ ਹੋਇਆ, ਤੁਹਾਨੂੰ ਮੈਂ ਬਾਅਦ 'ਚ ਮਿਲਾਉਂਦਾ ਤੁਹਾਨੂੰ। ਥੋੜ੍ਹੀਆਂ ਥੋੜ੍ਹੀਆਂ ਹੋਈਆਂ, ਚੱਲ ਭਾਈ ਮੈਨੂੰ ਥੱਲੇ ਉਤਰਨਾ ਪੈ ਗਿਆ ਕਿਉਂਕਿ ਇੱਧਰ ਸਾਰੀਆਂ ਤੋੜੀਆਂ ਹੋਈਆਂ। ਬਾਕੀ ਜਿਨ੍ਹਾਂ ਨੇ ਵੀ ਖਾਧੀਆਂ ਨਾ ਉਤਨੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਮੈਂ ਚੱਲ ਵੀਡੀਓ ਬਣਾਉਂਦੇ ਹਾਂ ਨਾ, ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਤੂਤਣੀਆਂ ਕੀ ਹੁੰਦੀਆਂ। ਬਈ ਆਪਾਂ ਤੋੜਦੀਆਂ ਇਹ ਲਿਫਾਫਾ ਜਿਹੜੀ ਆਪਾਂ ਲਿਆਂਦਾ ਸੀ ਗਲਾਸ ਵੀ ਭਰ ਚੁੱਕਿਆ, ਹੁਣ ਚੱਲਦੇ ਆਪਾਂ ਘਰ। ਲਿਆਂਦੀਆਂ ਹੁਣ ਇਹਨੂੰ ਧੋਂਦੇ ਹਾਂ, ਥੱਕ ਜਲਦੀ ਕਰ ਇਹਨੂੰ ਧੋਵੇ। ਬਾਕੀ ਤੁਹਾਨੂੰ ਧੋ ਕੇ ਹੁਣ ਖਾਂਦੇ ਹਾਂ ਆਪਾਂ।
ਹੁਣ ਆਪਾਂ ਟੇਸਟ ਕਰਕੇ ਵੇਖਦੇ ਹਾਂ ਜੀ, ਖਾ ਕੇ ਵੇਖ ਕਿੱਦਾਂ ਦੀਆਂ। ਬਹੁਤ ਟੇਸਟੀ ਨੇ, ਮਿੱਠੀਆਂ ਬਹੁਤ ਨੇ। ਇਹ ਖਾ ਤੇ ਲੈ। ਨਹੀਂ ਝੂਠ ਬੋਲ ਰਹਾ ਹੈ। ਕਿੱਦਾਂ ਨੇ? ਬਹੁਤ ਟੇਸਟੀ ਨੇ, ਬਹੁਤ ਕਰੰਚੀ ਨੇ, ਮਿੱਠੀਆਂ ਬਹੁਤ ਨੇ। ਅੱਛਾ, ਮਿੱਠੀਆਂ ਨੇ, ਤੁਸੀਂ ਜ਼ਰੂਰ ਖਾਇਓ। ਹਾਂ, ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ ਉਹ ਤਾਂ ਖਾਂਦੇ ਹੋਣਗੇ, ਜਿਹੜੇ ਸ਼ਹਿਰਾਂ ਵਿੱਚ ਨਹੀਂ ਰਹਿੰਦੇ ਉਹ ਨਹੀਂ ਖਾ ਸਕਦੇ ਨਾ। ਉਹਦੇ ਵਾਸਤੇ ਮੈਂ ਤਾਂ ਵੀਡੀਓ ਬਣਾਈ ਆ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਹੁੰਦੀਆਂ ਹੈ ਨਾ। ਬਾਕੀ ਇਹਨਾਂ ਨੂੰ ਇੰਗਲਿਸ਼ ਵਿੱਚ ਰੈੱਡ ਮੂਨਬੈਰੀ ਕਹਿੰਦੇ ਆ। ਆਹ ਆਪਣੇ ਇੱਧਰ ਪੰਜਾਬ ਦੇ ਵਿੱਚ ਪਿੰਡਾਂ ਵਾਲੇ ਕਹਿੰਦੇ ਆ, ਤੂਤਣੀਆਂ ਕਹਿੰਦੇ ਆ। ਉਹਨਾਂ ਨੂੰ ਮੈਂ ਖਾ ਕੇ ਦੇਖਦਾ, ਇੰਨੀਆਂ ਮਿੱਠੀਆਂ ਮੇਰੇ ਹੱਥਾਂ ਨੂੰ ਵੀ ਲੱਗ ਗਿਆ। ਬਾਕੀ ਮੈਂ ਤਾਂ ਦੋ ਤਿੰਨ ਖਾਣੇ ਆ, ਬਾਕੀ ਘਰਦਿਆਂ ਨੂੰ ਦੇ ਦਿੰਦੇ ਹਾਂ। ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਨੈਕਸਟ ਵਲੌਗ 'ਚ। ਥੈਂਕਸ ਫੋਰ ਵਾਚਿੰਗ।